ਦਾਵਾ ਕੀਤਾ ਕਿ ਤੁਹਾਨੂੰ ਆਪਣਾ ਵਿਸ਼ਵਾਸ ਹੈ ਕਿ ਪਾਰਟੀ ਤੁਹਾਨੂੰ ਟਿਕਟ ਦੇਵੇਗੀ? ਸਰ ਮੈਨੂੰ ਪੂਰਾ ਵਿਸ਼ਵਾਸ ਹੈ ਮੈਂ ਟਿਕਟ ਦੇਵੇਗੀ, ਮੈਨੂੰ ਟਿਕਟ ਮਿਲਣੀ ਮਿਲਣੀ ਆ। ਮੈਂ ਤੁਹਾਨੂੰ ਭਰੋਸਾ ਦਵਾਉਣਾ ਕਿ ਆਪਾਂ ਸ੍ਰੀ ਨਰਿੰਦਰ ਮੋਦੀ ਨੂੰ ਫਿਰ ਟਿਕਟ ਦਿੱਤਾ ਕੇ ਆਪਾਂ ਉਹਨਾਂ ਝੋਲੀ ਪਾਵਾਂਗੇ। ਡੇਰਾ ਬਾਬਾ ਨਾਨਕ ਦੀ ਆਉਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਜਿੱਥੇ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ, ਪਰ ਹਾਲਾਂਕਿ ਪੂਰੀ ਤਰ੍ਹਾਂ ਸਰਗਰਮੀਆਂ ਤਾਂ ਨਹੀਂ ਚੱਲੀਆਂ ਹਨ, ਪਰ ਆਪੋ ਆਪਣੇ ਦਾਅਵੇ ਵੀ ਹੁਣ ਠੋਕਣੇ ਸ਼ੁਰੂ ਕਰ ਦਿੱਤੇ ਗਏ ਹਨ। ਡੇਰਾ ਬਾਬਾ ਨਾਨਕ ਤੋਂ ਭਾਜਪਾ ਦੇ ਮੰਡਲ ਪ੍ਰਧਾਨ ਵਿਜੇ ਕੁਮਾਰ ਸੋਨੀ ਨੇ ਅੱਜ ਡੇਰਾ ਬਾਬਾ ਨਾਨਕ ਤੋਂ ਭਾਜਪਾ ਦੇ ਵੱਲੋਂ ਟਿਕਟ 'ਤੇ ਦਾਅਵਾ ਠੋਕ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਉਹ ਇੱਥੋਂ ਚੋਣ ਲੜਨਗੇ ਅਤੇ ਪਾਰਟੀ ਨੇ ਉਹਨਾਂ ਨੂੰ ਹਾਂ ਪੱਖੀ ਹੁੰਗਾਰਾ ਵੀ ਭਰਿਆ ਹੈ। ਡੇਰਾ ਬਾਬਾ ਨਾਨਕ ਦੇ ਕੋਟਲੀ ਸੂਰਤਮਲੀ 'ਚ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਕੁਮਾਰ ਸੋਨੀ ਨੇ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਆਸ਼ਵੰਦ ਹਨ ਕਿ ਪਾਰਟੀ ਉਹਨਾਂ ਨੂੰ ਇੱਥੋਂ ਮੈਦਾਨ 'ਚ ਉਤਾਰੇਗੀ। ਤੁਹਾਨੂੰ ਦੱਸ ਦਈਏ ਕਿ ਵਿਜੇ ਸੋਨੀ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਸਿਆਸਤ ਵਿੱਚ ਇੱਥੇ ਵਿਚਰ ਰਹੇ ਹਨ ਅਤੇ ਵੱਖ ਵੱਖ ਪਾਰਟੀਆਂ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਭਾਜਪਾ ਦੇ ਇਸ ਵੇਲੇ ਉਹ ਡੇਰਾ ਬਾਬਾ ਨਾਨਕ ਦੇ ਮੰਡਲ ਪ੍ਰਧਾਨ ਹਨ। ਸਰ ਹਲਕਾ ਡੇਰਾ ਬਾਬਾ ਨਾਨਕ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਬੀਜੇਪੀ ਪਾਰਟੀ ਵੱਲੋਂ ਕਿਵੇਂ ਦੀਆਂ ਤਿਆਰੀਆਂ ਨੇ? ਸਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਰਾਮ ਰਾਮ। ਮੈਂ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਸਾਡੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਨੇ। ਮੈਂ ਇਹ ਮੰਨਦਾ ਕਿ ਸਾਡੀ ਧਰਤੀ ਡੇਰਾ ਬਾਬਾ ਨਾਨਕ ਅਤੇ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ, ਠੀਕ ਹੈ ਜੀ, ਇਹ ਸਾਡੇ ਬਾਬੇ ਨਾਨਕ ਦੀ ਧਰਤੀ ਹੈ। ਮੈਂ ਕਰਮਾਂ ਵਾਲੇ ਭਾਗਾਂ ਵਾਲਾ ਕਿ ਮੈਂ ਇੱਥੇ ਜਨਮ ਲਿਆ ਆਪਣੀ ਧਰਤੀ ਇਸ ਧਰਤੀ 'ਤੇ। ਜੇ ਮੈਨੂੰ ਪਾਰਟੀ ਜ਼ਿੰਮੇਵਾਰ ਦਿੰਦੀ ਹੈ ਨਾ, ਮੈਂ ਬਹੁਤ ਚੰਗੀ ਤਰ੍ਹਾਂ ਨਿਭਾਵਾਂਗਾ ਜੀ। ਸਰ ਹਾਂਜੀ, ਜੇ ਗੱਲ ਕਰੀਏ ਤੁਸੀਂ ਰਵਨੀਤ ਬਿੱਟੂ ਨੂੰ ਵੀ ਮਿਲ ਕੇ ਆਏ, ਉਹਨਾਂ ਨੇ ਕਿਹੋ ਜਿਹਾ ਤੁਹਾਨੂੰ ਆਪਣਾ ਵੀ ਗੱਲਬਾਤ ਕੀਤੀ? ਸਰ ਉਹਨਾਂ ਨੇ ਬਹੁਤ ਵਧੀਆ ਸਾਡੇ ਨਾਲ ਗੱਲਬਾਤ ਕੀਤੀ ਆ। ਉਹਨਾਂ ਸਾਨੂੰ ਇਹ ਭਰੋਸਾ ਦਵਾਇਆ ਕਿ ਆਪਾਂ ਜਲਦੀ ਦਾ ਡੇਰਾ ਬਾਬਾ ਨਾਨਕ ਘਰ ਜਾਵਾਂਗੇ ਅਤੇ ਕੁਝ ਅਸੀਂ ਮੰਗਾਂ ਉਹਨਾਂ ਅੱਗੇ ਰੱਖੀਆਂ ਵਾਂ ਕਿ ਸਾਡੇ ਜਿੱਦਾਂ ਬਿਆਸ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਰੇਲਵੇ ਲਾਈਨ ਆਉਣੀ ਚਾਹੀਦੀ ਹੈ, ਇੱਕ ਸਾਡੇ ਇੱਥੇ ਖੰਡ ਮੇਲ ਆਉਣੀ ਚਾਹੀਦੀ, ਸਾਡੀ ਪੰਚਾਇਤੀ ਪਹਿਲੀ ਸਰ ਬਹੁਤ ਇੱਥੇ ਆ, ਅਤੇ ਆਪਾਂ ਕੁਝ ਇੱਥੇ ਵਿੱਦਿਆ ਦਾ ਸੰਸਥਾ ਹੋਣੀ ਚਾਹੀਦੀ, ਕੁੜੀਆਂ ਸਾਡੀਆਂ ਜਿਹੜੀ ਜਵਾਨ ਇੱਥੇ ਪੜ੍ਹਨ ਆ ਕੇ, ਕੋਈ ਮੈਡੀਕਲ ਸੰਸਥਾ ਹੋਣੀ ਚਾਹੀਦੀ ਹੈ। ਸਾਨੂੰ ਭਰੋਸਾ ਦਾ ਕਿ ਤੁਹਾਨੂੰ ਜਲਦੀ ਜਲਦੀ ਆਪਾਂ ਮੰਗਾਂ ਪੂਰੀ ਕਰਾਂਗੇ। ਪ੍ਰਧਾਨ ਜੀ, ਜੇ ਗੱਲ ਕਰੀਏ ਤਾਂ ਸਾਡਾ ਏਰੀਆ ਜਿਹੜਾ ਪਛੜਿਆ ਵਾ, ਕੀ ਇਹਦੇ ਬਾਰੇ ਕਹਿਣਾ ਚਾਹੁੰਦੇ ਜੀ? ਸਰ ਜੇ ਸਾਡੀਆਂ ਇਹ ਮੰਗਾਂ ਪੂਰੀਆਂ ਹੋ ਜਾਂਦੀਆਂ ਨਾ, ਸਾਡਾ ਏਰੀਆ ਕੋਈ ਪਛੜਿਆ ਨਹੀਂ, ਸਾਰਾ ਠੀਕ ਹੋ ਜਾਏਗਾ। ਸਾਡੇ ਨੌਜਵਾਨ ਬਾਹਰ ਭੱਜੀ ਜਾ ਰਹੇ ਇਸੇ ਕਰਕੇ ਕਿ ਸਾਡੇ ਇੱਥੇ ਕੋਈ ਰੁਜ਼ਗਾਰ ਕੋਈ ਨਹੀਂ ਹੈਗਾ। ਇਸ ਸਾਨੂੰ ਪੂਰਾ ਉਹਨਾਂ ਭਰੋਸਾ ਦਵਾਇਆ ਸਾਡੀ ਪਾਰਟੀ ਨੇ, ਭਾਜਪਾ ਨੇ, ਸ੍ਰੀ ਨਰਿੰਦਰ ਮੋਦੀ ਜੀ ਨੂੰ ਆਪਾਂ ਇਹੋ ਬੇਨਤੀ ਕਰ ਰਹੇ ਹਾਂ, ਸਾਡੀ ਪਾਰਟੀ ਵੀ ਕਰੀ ਆ ਕਿ ਆਪਾਂ ਜਲਦੀ ਜਲਦੀ ਸਾਡੇ ਏਰੀਏ ਦੀਆਂ ਮੰਗਾਂ ਪੂਰੀਆਂ ਕੀਤੀਆਂ। ਕੀ ਸਰ ਤੁਸੀਂ ਟਿਕਟ ਦਾ ਦਾਅਵਾ ਕੀਤਾ ਕਿ ਤੁਹਾਨੂੰ ਆਪਣਾ ਵਿਸ਼ਵਾਸ ਹੈ ਕਿ ਪਾਰਟੀ ਤੁਹਾਨੂੰ ਟਿਕਟ ਦੇਵੇਗੀ? ਸਰ ਮੈਨੂੰ ਪੂਰਾ ਵਿਸ਼ਵਾਸ ਹੈ ਮੈਂ ਟਿਕਟ ਦੇਵੇਗੀ, ਕਿਉਂਕਿ ਮੈਨੂੰ ਸਾਰੀਆਂ ਪਾਰਟੀਆਂ ਮੇਰਾ ਪੂਰਾ ਸਹਿਯੋਗ ਦੇ ਰਹੇ, ਸਾਡੇ ਜਿੰਨੇ ਮੰਡਲ ਪ੍ਰਧਾਨ ਜੀ ਹੋ ਗਏ ਨੇ, ਸਾਡੇ ਜਿੰਨੇ ਭੈਣ ਭਰਾ ਹੋ ਗਏ ਨੇ, ਸਾਡੀ ਪਾਰਟੀ ਜਿੰਨੇ ਵੀ ਕਰਤਾ ਨੇ ਹੈਗੇ ਨੇ, ਸਾਰੇ ਮੈਨੂੰ ਦੇਣ ਦੇ ਭਰੋਸਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਅਤੇ ਆਪਾਂ ਉਹਨਾਂ ਨਾਲ ਖੜੇ ਉਤਰਾਂਗੇ ਪੂਰਾ ਜੀ। ਸਰ ਜੇ ਤੁਹਾਨੂੰ ਪਾਰਟੀ ਟਿਕਟ ਦਿੰਦੀ ਆ, ਤੁਸੀਂ ਕੀ ਆਪਣੇ ਜਿਤਾ ਕੇ ਮੋਦੀ ਜੀ ਦੇ ਝੋਲੀ 'ਚ ਸੀਟ ਪਾਓਗੇ? ਸਰ ਮੈਨੂੰ ਟਿਕਟ ਮਿਲਣੀ ਮਿਲਣੀ ਆ, ਮੈਂ ਤੁਹਾਨੂੰ ਭਰੋਸਾ ਦਵਾਉਂਦਾ ਕਿ ਆਪਾਂ ਸ੍ਰੀ ਨਰਿੰਦਰ ਮੋਦੀ ਨੂੰ ਇੱਥੇ ਟਿਕਟ ਜਿਤਾ ਕੇ ਆਪਾਂ ਉਹਨਾਂ ਝੋਲੀ ਪਾਵਾਂਗੇ ਜੀ। ਪ੍ਰਧਾਨ ਜੀ, ਜੇ ਗੱਲ ਕਰੀ ਤਾਂ ਪਬਲਿਕ ਦੀ ਬੜੀ ਸਮੱਸਿਆ, ਕੀ ਉਹਨਾਂ ਦੇ ਹੱਲ ਕੱਢੋਗੇ? ਸਰ ਸਾਡੇ ਨੌਜਵਾਨ ਜਿਹੜੇ ਜਿੰਨੇ ਵੀਰ ਭਰਾ ਵਾ ਮੈਨੂੰ ਬਹੁਤ ਸਹਿਯੋਗ ਦੇ ਰਹੇ ਹਨ, ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਜਿੰਨੇ ਮੇਰੇ ਵੀਰ ਭਰਾ ਨਾ ਮੈਨੂੰ ਰੋਜ਼ ਵੱਧ ਤੋਂ ਵੱਧ ਆ ਕੇ ਮਿਲ ਰਹੇ ਆ। ਇਸੇ ਕਰਕੇ ਸਾਡੇ ਏਰੀਆ ਦਾ ਬਹੁਤ ਮਾੜਾ ਹਾਲ, ਸਾਰੇ ਇੱਥੇ ਨਸ਼ਾ ਬਹੁਤ ਜ਼ਿਆਦਾ ਵਾ, ਬੇਰੁਜ਼ਗਾਰੀ ਬਹੁਤ ਜ਼ਿਆਦਾ ਵਾ। ਆਪਾਂ ਸਾਰਿਆਂ ਨੂੰ ਹੱਥ ਪਾ ਕੇ ਆਪਾਂ ਸ੍ਰੀ ਨਰਿੰਦਰ ਮੋਦੀ, ਸਾਨੂੰ ਪੂਰਾ ਭਰੋਸਾ ਵਾ ਕਿ ਆਪਾਂ ਏਰੀਏ ਦੀ ਡਿਵੈਲਪਮੈਂਟ ਕਰਾਂਗੇ। ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਜੀ? ਪਬਲਿਕ ਮੈਂ ਇਹੋ ਕਹਿਣਾ ਚਾਹੁੰਦਾ ਵਾਂ ਕਿ ਤੁਸੀਂ ਵੱਧ ਤੋਂ ਵੱਧ ਸਾਡੀ ਪਾਰਟੀ ਦਾ ਸਹਿਯੋਗ ਦਿਓ, ਮੇਰਾ ਸਹਿਯੋਗ ਦਿਓ, ਸਾਡੀ ਫੇਸਬੁੱਕ ਵਾਲੀ ਚੱਲਦੀ ਪਈ, ਹੋਰ ਵੀ ਸਾਰੇ ਚੱਲਦੇ ਪਏ, ਨੈੱਟ ਚੱਲਦੇ ਪਏ ਆ, ਉਹਨਾਂ ਨੇ ਜੇ ਕੋਈ ਕੋਈ ਸਮੱਸਿਆ ਹੈਗੀ ਸਾਨੂੰ ਆ ਕੇ ਦੱਸ ਸਕਦਾ ਵਾ। ਸਾਰਿਆਂ ਦੇ ਨਜ਼ਰਾਂ ਹੁਣ ਇਸ 'ਤੇ ਰਹਿਣਗੀਆਂ ਕਿ ਵਿਜੇ ਸੋਨੀ ਨੂੰ ਡੇਰਾ ਬਾਬਾ ਨਾਨਕ ਤੋਂ ਭਾਜਪਾ ਆਪਣਾ ਉਮੀਦਵਾਰ ਬਣਾਉਂਦੀ ਹੈ ਜਾਂ ਫਿਰ ਨਹੀਂ।
ਕਿਉਂਕਿ ਇੱਥੋਂ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ ਵੀ ਭਾਜਪਾ ਦੇ ਵੱਡੇ ਆਗੂ ਹਨ। ਪਰ ਇਸ ਵੇਲੇ ਟਿਕਟ ਦੀ ਦੌੜ ਦੇ ਵਿੱਚ ਵਿਜੇ ਸੋਨੀ ਦਾ ਨਾਮ ਸਭ ਤੋਂ ਪਹਿਲਾਂ ਹੁਣ ਆਇਆ ਹੈ। ਡੇਰਾ ਬਾਬਾ ਨਾਨਕ ਤੋਂ ਮਨਿੰਦਰ ਸਿੰਘ, ਹੈਪੀ ਕੋਟਲੀ ਦੀ ਰਿਪੋਰਟ, ਪੰਜਾਬ ਟੂਡੇ।